केंद्र सरकार दे वलो गरीब वर्ग दे लोकां नूं पेंशन दी सहूलत देण दे लई प्रधानमंत्री श्रम योगी मानधन योजना नूं शुरू कीता गया है। इस योजना दे विच 60 उम्र तों वध दे लाभपात्रियां नूं 3000 रुपए पेंशन लगाई जाएगी। इस योजना प्रति लोकां नूं जागरूक करन अते जो लोग इस योजना दा हिस्सा बन चुके ने उन्हां नूं पहचान पत्र देण दे लई गुरदासपुर दे बेंत कॉलेज आफ इंजीनियरिंग विच जिला प्रशासन दे वलो डिप्टी कमिश्नर गुरदासपुर दी अगवाई दे विच एक समागम करवाया गया, जिस विच लोकां नूं इस योजना दे बारे जागरूक कीता गया। इस योजना दी जानकारी दिंदे होए गुरदासपुर दे डिप्टी कमिश्नर विपुल उज्जवल ने दस्सिया कि जिन्हां लोकां दी आमदन 15000 रुपए तों घट है अते उन्हां दी उमर 18 साल तों 40 साल तक है, ओह लोग इस योजना दा हिस्सा बन सकदे ने। इस योजना विच लाभपात्री महीने दे 55 तों लै के 200 रुपए तक जमा करवा सकदा है। महीने विच जिन्ने भी पैसे लाभपात्री जमा करवाणगे उन्ने ही पैसे सरकार जमा करवाएगी अते 60 साल दी उमर दे बाद लाभपात्री नूं 3000 रुपए पेंशन भारत सरकार दे वल्लों दित्ती जावेगी। उन्हां ने दस्सिया कि बुढ़ापे दे विच इह योजना काफी लाभदायक रहेगी अते जिला गुरदासपुर विच 900 ਦੇ ਕਰੀਬ ਲੋਕ ਇਸ ਯੋਜਨਾ ਦਾ ਹਿੱਸਾ ਬਣ ਚੁੱਕੇ ਨੇ। ਆ ਸਰਕਾਰ ਵੱਲੋਂ ਇੱਥੇ ਅਸੰਗਠਿਤ ਖੇਤਰ ਦੇ ਕਰਮ ਜਿਹੜੇ ਸ਼੍ਰਮਿਕ ਹੁੰਦੇ ਨੇ, ਅਨਆਰਗਨਾਈਜ਼ਡ ਸੈਕਟਰ ਦੇ ਜਿਹੜੇ ਵਰਕਰਸ ਹੈ ਉਹਨਾਂ ਦੇ ਲਈ ਸੋਸ਼ਲ ਸਿਕਿਉਰਿਟੀ ਸਕੀਮ ਤਹਿਤ ਇਹਨਾਂ ਨੇ ਇੱਕ ਪੈਨਸ਼ਨ ਯੋਜਨਾ ਲਾਂਚ ਕੀਤੀ ਹੈ। ਬਹੁਤ ਸਾਰੇ ਅਨਆਰਗਨਾਈਜ਼ਡ ਸੈਕਟਰ ਵਾਲੇ ਲੋਕਾਂ ਨੂੰ ਇਹ ਦਿੱਕਤ ਹੁੰਦੀ ਹੈ ਕਿ ਜਦੋਂ ਤੱਕ ਉਹ ਕੰਮ ਕਰਦੇ ਉਹਨਾਂ ਨੂੰ ਤਨਖਾਹ ਮਿਲਦੀ ਹੈ, ਪਰ ਜਦੋਂ ਉਹਨਾਂ ਦੇ ਵੱਲੋਂ ਕੰਮ ਕਰਨਾ ਬੰਦ ਕੀਤਾ ਜਾਂਦਾ ਹੈ ਇੱਕ ਓਲਡ ਏਜ ਕਰਕੇ 60 ਸਾਲ ਤੋਂ ਬਾਅਦ ਉਹਨਾਂ ਦੇ ਕੋਲ ਕੋਈ ਸਾਧਨ ਨਹੀਂ ਹੁੰਦਾ ਕਮਾਈ ਦਾ। ਸਰਕਾਰ ਨੇ ਇਸ ਲਈ ਇੱਕ ਸਕੀਮ ਸ਼ੁਰੂ ਕੀਤੀ ਹੈ ਜਿੱਥੇ 18 ਸਾਲ ਤੋਂ ਲੈ ਕੇ 40 ਸਾਲ ਦਾ ਬੰਦਾ ਕੋਈ ਵੀ ਇਹਨਾਂ ਦਾ ਮੈਂਬਰ ਬਣ ਸਕਦਾ ਹੈ। ਔਰ ਬਹੁਤ ਹੀ ਘੱਟ ਹੈ, 18 ਸਾਲ ਦਾ ਬੰਦੇ ਨੂੰ ਮਾਤਰ 55 ਰੁਪਏ ਮਹੀਨੇ, ਯਾਨੀ 2 ਰੁਪਏ ਤੋਂ ਘੱਟ ਪਰ ਡੇ ਦੇ ਬੇਸਿਸ 'ਤੇ ਅਗਰ ਜੇ ਉਹ ਕੰਟਰੀਬਿਊਸ਼ਨ ਦਿੰਦਾ ਹੈ ਤਾਂ ਉਹਨੂੰ ਰਿਟਾਇਰਮੈਂਟ ਹੋਣ 'ਤੇ 60 ਸਾਲ ਤੋਂ ਬਾਅਦ ਸਰਕਾਰ ਵੱਲੋਂ ਮਿਨੀਮਮ 3000 ਰੁਪਏ ਪਰ ਮਹੀਨੇ ਦੀ ਪੈਨਸ਼ਨ ਦਿੱਤੀ ਜਾਊਗੀ। ਬਹੁਤ ਚੰਗਾ ਉਪਰਾਲਾ ਹੈ, ਕਾਫੀ ਸਾਰੇ 600-700 ਲੋਕਾਂ ਨੇ ਸਾਡੇ ਕੋਲ ਰਜਿਸਟਰ ਵੀ ਸਾਡੇ ਜ਼ਿਲ੍ਹੇ 'ਚ ਕਰਵਾਇਆ ਅਤੇ ਇਹ ਸ਼ੁਰੂਆਤ ਹੈ। ਮੈਂ ਲੇਬਰ ਡਿਪਾਰਟਮੈਂਟ ਨੂੰ ਆਸ ਕਰਾਂਗਾ ਕਿ ਇਹ ਬਹੁਤ ਚੰਗੀ ਸਕੀਮ ਹੈ, ਇਹਦੇ 'ਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਹਦਾ ਲਾਭ ਦੇਣ ਦੇ ਲਈ ਰਜਿਸਟਰ ਕਰਵਾਇਆ ਜਾਏ। ਅਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਮੀਡੀਆ ਰਾਹੀਂ, ਰਾਦਰ ਮੈਂ ਤੁਹਾਨੂੰ ਉੱਦਾਂ ਵੀ ਕਹਾਂਗਾ ਕਿ ਤੁਸੀਂ ਪਿੰਡਾਂ 'ਚ ਵੀ ਵਿਚਰਦੇ ਹੋ, ਬੋਰਡ ਆਫ ਕੰਸਟਰਕਸ਼ਨ ਵਰਕਰ ਅਤੇ ਇਹ ਜਿਹੜਾ ਇਹ ਕਿਰਤ ਉਸਾਰੀ ਵਾਲਾ ਅਤੇ ਇਹ ਵਾਲਾ ਜਿਹੜੀ ਸਕੀਮ ਆਈ ਮੰਨ, ਬੜੀ ਚੰਗੀ ਸਕੀਮ ਹੈ। ਤੁਹਾਡੇ ਜਾਣ ਪਛਾਣ 'ਚ ਬਹੁਤ ਸਾਰੇ ਲੋਕ ਹੋਣੇ ਜਿਹੜੇ ਕਿ ਅਨਆਰਗਨਾਈਜ਼ ਸੈਕਟਰ 'ਚ ਕੰਮ ਕਰਦੇ ਹੋ, ਸੋ ਮੈਂ ਆਸ ਕਰਾਂਗਾ ਕਿ ਤੁਸੀਂ ਵੀ ਇਹਨੂੰ ਅੱਗੇ ਲੈ ਕੇ ਜਾਓ ਅਤੇ ਲੋਕਾਂ ਨੂੰ ਇਸ ਸਕੀਮ ਦੇ ਮੁਹਿੰਮ ਨਾਲ ਜੋੜੋ ਤਾਂ ਕਿ ਉਹਨਾਂ ਨੂੰ ਬੁਢਾਪੇ 'ਚ ਜਿਹੜਾ ਇੱਕ ਸੋਸ਼ਲ ਸਿਕਿਉਰਿਟੀ ਹੈ, ਇੱਕ ਪੈਸੇ ਦੀ ਮਦਦ ਹੈ ਉਹ। ਇਹ ਯੋਜਨਾ ਬਹੁਤ ਹੀ ਲਾਭਦਾਇਕ ਹੈ, ਮੈਂ ਇਸ ਯੋਜਨਾ ਦਾ ਹਿੱਸਾ ਬਣਿਆ। ਮੈਂ CSE ਸੈਂਟਰ ਦੇ ਵਿੱਚ ਐਜ਼ ਅ ਜੋਬ ਕਰਦਾ ਐਂਡ ਮੇਰੀ ਸੈਲਰੀ 8500 ਰੁਪਇਆ ਹੈ। ਤੋ ਇਹ ਵਾਲੀ ਯੋਜਨਾ ਬਹੁਤ ਹੀ ਲਾਭਦਾਇਕ ਹੈ ਜੋ ਕਿ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੀ ਗਈ ਹੈ। ਮੈਂ ਬਾਕੀ ਵੀ ਆਪਣੇ ਵੀਰ ਭਰਾਵਾਂ ਨੂੰ ਰਿਕਮੈਂਡਡ ਕਰਾਂਗਾ ਕਿ ਇਹ ਯੋਜਨਾ ਦਾ ਵੱਧ ਤੋਂ ਵੱਧ ਹਿੱਸਾ ਬਣਨ ਅਤੇ ਲਾਭ ਉਠਾਉਣ। ਇਸ ਯੋਜਨਾ ਦੇ ਵਿੱਚ ਮੇਰੇ ਵੱਲੋਂ 65 ਰੁਪਏ ਮੰਥਲੀ ਡਿਸਟ੍ਰੀਬਿਊਸ਼ਨ ਕੀਤੀ ਜਾਵੇਗੀ, ਜੋ ਕਿ ਸਰਕਾਰ ਵੀ ਪੂਰੀ ਇਸੇ ਤਰ੍ਹਾਂ ਹੀ ਕਰੇਗੀ ਡਿਸਟ੍ਰੀਬਿਊਸ਼ਨ। ਐਂਡ 60 ਸਾਲ ਤੋਂ ਬਾਅਦ ਮੇਰੀ ਪੈਨਸ਼ਨ ਜੋ ਕਿ ਬਕਾਇਦਾ 3000 ਰੁਪਇਆ ਮਿਲੇਗੀ। ਔਰ ਇਹ ਯੋਜਨਾ ਬਹੁਤ ਹੀ ਲਾਭਦਾਇਕ ਹੈ ਸਾਰੇ ਨੌਜਵਾਨਾਂ ਵਾਸਤੇ, ਇਹ ਯੋਜਨਾ ਬਹੁਤ ਹੀ ਸਫਲ ਹੈ ਕਿਉਂਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਬੁਢੇਪੇ ਦੇ ਵਿੱਚ ਬਹੁਤ ਸਾਰੇ ਐਸੇ ਬੇਟੇ ਬੱਚੀਆਂ ਹਨ ਜੋ ਕਿ ਆਪਣੇ ਮਾਂ ਪਿਓ ਦਾ ਸਹਾਰਾ ਨਹੀਂ ਚੱਲਦੇ ਅਤੇ ਉਹ ਇਕੱਲੇ ਰਹਿਣਾ ਹੀ ਪਸੰਦ ਕਰਦੇ ਹਨ। ਸੋ ਇਹ ਯੋਜਨਾ ਦਾ ਪ੍ਰਧਾਨ ਮੰਤਰੀ ਸਾਹਿਬ ਨੇ ਬਹੁਤ ਹੀ ਵਧੀਆ ਸ਼ੁਰੂ ਕਰਵਾਈ ਗਈ ਹੈ। ਜਤਿੰਦਰ ਕੁੰਦਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।